ਤਾਕਤ ਹੁੰਦਿਆਂ ਜ਼ੋਰ ਨਿਲਾਇਆ ਤੇ ਬੈਠੇ ਮਨ ਰਜ਼ਾਈ। ਹੁਣ ਦੋ ਤਿੰਨ ਵਾਰੀ ਤੁਸੀਂ ਵੀ ਪੜ੍ਹ ਲਵੋ, ਤਾਕਤ ਹੁੰਦਿਆਂ ਜ਼ੋਰ, ਸਾਰੇ ਪੜ੍ਹੋ। ਮੁਹੱਬਤ ਦੇ ਹੁਸੈਨ ਵਿੱਚ ਪੜਿਆ ਜੇ, ਉਹਨਾਂ ਦੀ ਅਕੀਦਤ ਵਿੱਚ ਪੜਿਆ ਜੇ, ਅੱਲਾਹ ਦੀ ਕਸਮ ਹੈ ਹੁਸੈਨ ਕੁਰਾਨ ਤੋਂ ਜੁਦਾ ਨਹੀਂ ਹੋਇਆ, ਕੁਰਾਨ ਹੁਸੈਨ ਕੋਲੋਂ ਜੁਦਾ ਨਹੀਂ ਹੋਇਆ। ਇਹ ਤੇ ਕਿਆਮਤ ਵਾਲੇ ਦਿਨ ਵੀ ਇਕੱਠੇ ਉਤਰਨ ਤੇ ਇੱਕ ਵਾਰੀ ਪੜਿਆ ਜੇ, ਤਾਕਤ ਹੁੰਦਿਆਂ ਥੋੜਾ ਜਿਹਾ ਤਾਕਤ ਹੁੰਦਿਆਂ ਜ਼ੋਰ ਨਿਲਾਇਆ ਬੈਠੇ ਮਨ ਰਲਾਈ, ਓਏ ਬੈਠੇ ਮਨ ਰਲਾਈ। ਵਾਲਾ ਨਾ ਬਣੋ ਨਾ ਕੋਈ ਸ਼ਰੀਰ ਮਿਲਣ ਹਾਫੀ ਵਾਲ ਜੂਈ ਵਾਲਾ ਸਿੰਗਰ ਨਾ ਮੁਆਲ ਵਾਲਾ ਖੁਸ਼ੀ ਦਾ ਸਮਰਾਤ ਵਾਲ ਸ਼ੀ ਸਵਾਬੀਰੀਨ, ਓਏ ਤਾਕਤ ਹੁੰਦਿਆਂ ਜ਼ੋਰ ਨਿਲਾਇਆ ਤੇ ਬੈਠੇ ਮਨ ਰਲਾਈ ਤੇ ਪਾਣੀ ਬਾਜ ਪਿਆਸੇ ਚੱਲੇ ਇਹ ਦੀਨ ਦੁਨੀਆ ਦੇ ਸਾਈ। ਅੱਲਾ ਦੀ ਕਸਮ ਹੁਸੈਨ ਮੱਕੀ ਟੁਰਿਆ ਕਦਮ ਨਹੀਂ ਰੁਕੇ, ਇਹ ਮਦੀਨੀ ਟੁਰਿਆ ਇਹਦੇ ਕਦਮ ਨਹੀਂ ਰੁਕੇ। ਹੁਸੈਨ ਨੂੰ ਪਤਾ ਸੀ ਇਹ ਵੇਲਾ ਆਉਣਾ ਏ, ਮੇਰੇ ਨਾਨੇ ਦਾ ਫਰਮਾਨ ਪੂਰਾ ਹੋਣ ਵਾਲਾ ਏ। ਅੱਜ ਲੋਕ ਕੀ ਆਂਦੇ ਨੇ ਹੁਸੈਨ ਇਕਤਦਾਰ ਵਾਸਤੇ ਗਿਆ। ਮੈਂ ਉਹਨਾਂ ਲੋਕਾਂ ਨੂੰ ਪੈਗਾਮ ਦੇਣਾ ਚਾਹੁੰਦਾ ਵਾਂ, ਤੇ ਜੇ ਜੁਮਲੇ ਦੀ ਸਮਝ ਆਵੇ ਜ਼ਰੂਰ ਬੋਲ ਕੇ ਜਵਾਬ ਦੇ ਆ ਜੇ। ਜਿਹੜਾ ਮੋਹਰੇ ਨਬੂਵਤ ਤੇ ਸਵਾਰੀ ਕਰਦਾ ਰਿਹਾ ਹੋਵੇ ਉਹਨੂੰ ਇਸ ਇਕਤਦਾਰ ਦੀ ਲੋੜ ਸੀ? ਬੋਲੋ ਤੇ ਸਹੀ। ਜਿਹੜਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਮੋਹਰੇ ਨਬੂਵਤ ਤੇ ਸਵਾਰੀ ਕਰਦਾ ਰਿਹਾ ਹੋਵੇ ਉਹਨੂੰ ਇਕਤਦਾਰ ਦੀ ਕੋਈ ਲੋੜ ਨਹੀਂ ਸੀ। ਮੈਂ ਕਿਹਾ ਜਦੋਂ ਜੰਗਾਂ ਲੜਨ ਜਾਈਦਾ ਨਾ, ਜੁਮਲਾ ਸੁਣ ਕੇ ਅੱਜ ਬੋਲਿਆ ਜੇ ਦਰੋ ਦੀਵਾਰ ਗਵਾਹ ਹੋਣ, ਓਏ ਜਦੋਂ ਜੰਗਾਂ ਲੜਨ ਜਾਈਦਾ ਨਾ ਨਾਲ ਲਸ਼ਕਰ ਲੈ ਕੇ ਜਾਈਦਾ, ਨਾਲ ਲਸ਼ਕਰ ਲੈ ਕੇ ਜਾਈਦਾ।